ਵੀਅਰਸ ਵੈਲਕਮ ਬੈਕ ਨਾਲ ਪ੍ਰੋਗਰਾਮ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਇਸ਼ੂ ਉੱਪਰ ਕਿ ਅਮਰੀਕਾ ਨੇ ਆਪਣੀ ਕਾਫੀ ਜਿਹੜੀ ਫੌਜ ਹੈ ਅਫਗਾਨਿਸਤਾਨ ਚੋਂ ਵਾਪਸ ਜਿਹੜੀ ਬੁਲਾ ਰਹੀ ਹੈ ਬੁਲਾ ਲਈ ਹੈ ਹੁਣ ਸਿਰਫ 2000 ਦੇ ਕਰੀਬ ਜਿਹੜੀ ਅਮਰੀਕੀ ਫੌਜ ਅਫਗਾਨਿਸਤਾਨ ਦੇ ਵਿੱਚ ਰਹਿ ਗਈ ਹੈ ਸੋ ਸਿਆਸੀ ਹਲਕਿਆਂ ਵਿੱਚ ਇਹ ਕਿਆ ਸਰਾਈਆਂ ਨੇ ਕਿ ਭਾਰਤ ਅਫਗਾਨਿਸਤਾਨ ਦੇ ਵਿੱਚ ਆਪਣੀ ਫੌਜ ਜਿਹੜਾ ਹੈ ਉਹ ਭੇਜ ਸਕਦਾ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਭਾ ਕੀ ਧੰਨਵਾਦ ਹੈ ਦੇਖੋ ਕੱਲ ਇੱਕ ਸੈਗਮੈਂਟ ਅਸੀਂ ਕੀਤਾ ਕਿ ਕਿਵੇਂ ਚੁੱਪ-ਚੁੱਪ ਹੀ ਤੇ अजीत ਡੋਵਾਲ ਜਿਹੜਾ ਅਸਲ ਚ ਸਾਰਾ ਨੀਤੀਕਾਰ ਹੈ ਉਹਨਾਂ ਦਾ ਉਹ ਫੌਜੀ ਹੋਏ ਸਿਵਿਲিয়ান ਹੋਏ ਔਰ ਸਿਕਿਉਰਿਟੀ ਰਿਲੇਟਿਡ ਦੇ ਨਾਂ ਥਲੇ ਪਾਵੇਂ ਉਹਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਹਿੰਦੇ ਨੇ ਕੈਬਨਿਟ ਰੈਂਕ ਹੈ ਪਰ ਇਸ ਵੇਲੇ ਦੇਖਣ ਵਾਲੀ ਗੱਲ ਇਹ ਹੈ ਕਿ अजीत ਡੋਵਾਲ ਵਿਪਨ रावत ਔਰ ਉਹਨਾਂ ਦਾ ਜਮੂਰਾ ਜਿਹੜਾ ਫੌਜੀ ਚੀਫ ਨਰਵਾਣੇ ਇਹੀ ਡਿਸਾਈਡਿੰਗ ਫੈਕਟਰ ਨੇ ਹਰ ਚੀਜ਼ ਔਰ ਇਕਨੋਮਿਕਲ ਸੈਕਟਰ ਜਿਹਦਾ ਜ਼ਾਹਰ ਹੈ ਅਡਾਨੀ ਐ ਬਾਨੀ ਪਤੰਜਲੀ ਜੀ ਇਹੀ ਕਰ ਰਹੇ ਨੇ ਔਰ ਜੋ ਅਸੀਂ ਕਿਸਾਨ ਪ੍ਰੋਟੈਸਟ ਦੇਖ ਰਹੇ ہیں ਜਾਇ ਇਹਨਾਂ ਦੇ ਤਿੰਨ ਖੇਤੀ ਕਾਨੂੰਨ ਦੇਖ ਰਹੇ ہیں ਇਹ ਅਡਾਨੀ ਐ ਬਾਨੀ ਪਤੰਜਲੀ ਦਾ ਅਜੰਡਾ ਹੈ ਉਹਨਾਂ ਨੂੰ ਜਿਹੜਾ ਉਹ ਕਰ ਰਹੇ ਨੇ ਔਰ ਹੋਰ ਵੀ ਬਹੁਤ ਸਾਰੀਆਂ ਖਬਰਾਂ ਹੁਣ ਜਿਵੇਂ ਉਹਨਾਂ ਨੇ ਇੱਕ ਡਰونز ਦੀ ਜਿਹੜੀ ਡੀਲ ਹੈ ਉਹ ਸੋ ਕਾਲਡ ਇੰਡੀਅਨ ਕੰਪਨੀ ਨੂੰ ਦਿੱਤੀ ਪਰ ਇਹ ਸਾਰਿਆਂ ਨੇ ਉਨਰਫੀਲਸ ਦੇ ਵਿੱਚ ਵੀ ਆਵੜੇ ਨੇ ਮਿਲਟਰੀ ਔਰ ਦੂਸਰੇ ਜਿਹਦਾ ਉਹਨਾਂ ਨੂੰ ਕੋਈ ਤਜਰਬਾ ਨਹੀਂ ਹਾਲਾਂਕਿ ਅਲਟੀਮੇਟਲੀ ਮਰਵਾਣ ਗਏ ਮੁਲਕ ਨੂੰ ਵੀ ਲੇਕਿਨ ਹਾਲ ਦੀ ਘੜੀ ਦੋ ਦੋ ਹੱਥਾਂ ਨਾਲ ਮੁਲਕ ਦੀ ਦੌਲਤ ਟੈਕਸ ਪੇਅਰਸ ਮਨੀ ਵੀ ਲੁੱਟੀ ਜਾ ਰਹੀ ਹੈ ਔਰ ਅਦਰਵਾਈਜ਼ ਵੀ ਅਸੀਂ ਦੇਖ ਰਹੇ ਹਾਂ ਕਿ ਅਮਰੀਕਨ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਇਆ ਆਪ ਹੀ ਕਰਤਾ ਇਹਨਾਂ ਨੇ 3 ਸਾਲ ਦੇ ਵਿੱਚ ਜਿਹਨੂੰ 20 ਸਾਲ ਲੱਗਦੇ ਨੇ ਡੀਕਲਾਸੀਫਾਈ ਹੋਣ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਾਉਂਟਰ ਵੇਟ ਬਣਾ ਰਹੇ ਆਂ ਇੰਡੀਆ ਨੂੰ ਸੋ ਮਤਲਬ ਭਾਰਤ ਇੱਕ ਪਾਸੇ ਅਮਰੀਕਾ ਦਾ ਹੱਥ ਠੋਕਾ ਬਣ ਕੇ ਆਪਣੀਆਂ ਬੇੜੀਆਂ ਚਵੱਟੇ ਪਾ ਰਿਹਾ ਚੀਨ ਦੇ ਅਗੇਂਸਟ ਦੂਸਰੇ ਪਾਸੇ ਜਿਹੜੇ ਇਹ ਤਿੰਨ ਜਮੂਰੇ ਜਿਹੜੇ ਨੇ ਵਿਪਨ ਰਾਵਤ ਅਜੀਤ ਡੋਵਲ ਵਿਪਨ ਰਾਵਤ ਤੇ ਨਰਵਾਣੇ ਇਹ ਉਸ ਪਾਸੇ ਨੂੰ ਲਿਜਾ ਰਹੇ ਨੇ ਜਿਹੜਾ ਤਬਾਈ ਦਾ ਰਸਤਾ ਹੈ ਔਰ ਜਦੋਂ ਅਸੀਂ ਇਹ ਕੀਤਾ ਕਿ ਵੀ ਅਜੀਤ ਡੋਵਲ ਜਿਹੜਾ ਚੁੱਪਚੀਪੀਤੇ ਪਹੁੰਚ ਗਿਆ ਕੋਈ ਐਡਵਰਟਾਈਜ਼ਡ ਵਿਜ਼ਿਟ ਨਹੀਂ ਸੀ ਉਬਦੁੱਲਾਹਬਦੁੱਲਾਹ ਨੂੰ ਵੀ ਮਿਲਿਆ ਅਸ਼ਰਫ ਗਨੀ ਨੂੰ ਵੀ ਮਿਲਿਆ ਹੈ ਔਰ ਬਾਕੀਆਂ ਦੇ ਨਾਲ ਵੀ ਕਿ ਕੀ ਹੋਇਆ ਉਦੋਂ ਸਾਨੂੰ ਹਾਲਾਂਕਿ ਅਸੀਂ ਰੈਫਰੈਂਸ ਦਿੱਤਾ ਕਿ ਵੀ ਇਹ ਜਿਹੜੀ ਹੈ ਕੋਈ ਨਾ ਕੋਈ ਮਿਸਚੇਫ ਆਪਦੇ ਸਲੀਵਜ਼ ਔਰ ਜੋ ਕਾਰਵਾਈਆਂ ਚੱਲ ਰਹੀਆਂ ਨੇ ਜੋ ਈਵਨ ਬਲੋਚਿਸਤਾਨ ਕੋਟੇਚ ਹੋ ਪਾਵੇਂ ਇਸਲਾਮਿਕ ਸਟੇਟ ਦੇ ਨਾਂ ਥੱਲੇ ਹੋਇਆ ਔਰ ਉੱਥੇ ਵੀ ਇੱਕ ਕ੍ਰਾਈਸਿਸ ਆ ਪੈਦਾ ਕਰ ਦਿੱਤਾ ਗਿਆ ਔਰ ਇਹ ਅਟੈਕ ਹੋ ਰੇ ਲਗਾਤਾਰਤਾ ਨਾਲ ਚੱਲ ਰਿਹਾ ਕਿਉਂਕਿ 15 ਜਨਵਰੀ ਦੀ ਡੇਟ ਨੇੜੇ ਆ ਰਹੀ ਸੀ ਕਿਉਂਕਿ ਅਜੀਤ ਡਾਬਰ ਲਿਖ ਦਿਨ ਦੋ ਦਿਨ ਪਹਿਲਾਂ ਉੱਥੇ ਪਹੁੰਚਦਾ ਹੈ ਕਿਉਂਕਿ 20 ਨੂੰ ਚਲੇ ਜਾਣਾ ਉਹਨੇ 19 ਨੂੰ ਹੀ ਚਲੇ ਜਾਣਾ ਟਰੰਪ ਨੇ 20 ਨੂੰ ਤਾਂ ਜਿਹੜੀ ਹੈ ਉਹ ਟੇਕਿੰਗ ਹੋਣੀ ਹੈ ਔਰ ਇਹ ਐਲਾਨਿਆ ਹੋਇਆ ਸੀ ਕਿ ਭਾਈ ਅਸੀਂ ਅਮਰੀਕਾ ਉੱਥੋਂ ਅਫਗਾਨਿਸਤਾਨ ਚੋਂ ਅਮਰੀਕਾ ਆਪਣੀ ਫੌਜ ਕੱਢੇਗਾ ਸਿਰਫ 2.5 ਹਜ਼ਾਰ ਬੰਦਾ ਹੀ ਉੱਥੇ ਰਹਿ ਗਿਆ ਔਰ ਟਰੰਪ ਨੇ اور ਉਹਨਾਂ ਦੇ ਸੈਕਟਰੀ ਆਫ ਸਟੇਟ اور ਸੈਕਟਰੀ ਆਫ ਡਿਫੈਂਸ ਉਹਨਾਂ ਨੇ ਫulfil ਕਰਦੇ ਆਂ ਅੱਛਾ ਬੀਤੇ ਕੱਲ ਜਦੋਂ ਅਸੀਂ ਅੱਜ 15 ਗੱਲ ਕਰ ਰਹੇ ਆਂ ਆਲਰੇਡੀ ਉੱਥੇ ਮਾਰਨਿੰਗ ਹੋ ਚੁੱਕੀ ਐ ਨੈਕਸਟ ਡੇ ਦੀ ਸੋ ਉਹਨਾਂ ਨੇ ਫੌਜ ਪੁੱਲ ਕਰ ਲਈ ਐ ਅੱਛਾ ਔਰ ਸਿਰਫ ਇਸ ਵੇਲੇ 23000 ਜਿਹੜਾ ਅਮਰੀਕੀ ਐ ਸੋਲਜਰ ਉਹ ਅਫਗਾਨਿਸਤਾਨ ਚ ਨੇ ਪਰ ਦੂਸਰੇ ਪਾਸੇ ਜਿਹੜਾ ਤਾਲੀਬਾਨ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ CIA ਦੇ ਮੇਨ ਸਟੇਸ਼ਨ ਤੇ ਵੀ ਪਿਛਲੇ ਦਿਨਾਂ ਚ ਅਟੈਕ ਕੀਤਾ और अब जो असं गल कर रहे हैं अज्ज भी मेन न्यूज़ है कि नाइन सिक्योरिटी परसनल किल्ड इन अफगान अटैक्स एटलीस्ट नाइन अफगान सिक्योरिटी परसनल वर किल्ड वेन तालिबान मिलीटेंट्स अटैक्ट टू पुलिस चेक पॉइंट्स ओवर नाइट इन रेस्टिव नॉर्दन प्रोविंस द मिलीटेंट्स लॉन्च सिमिलर रेड्स ऑन द चेक पॉइंट्स इन कंदूस विच लैफ्ट नाइन सिक्योरटी परसनल डैड गवर्नर अब्दुल अतर ਅ ਮੀਰ ਮੀਰਜ਼ ਮਿਰਜ਼ਾ ਕਵਲ ਸੈਡ ਇਹਨੀ ਕੀ ਖਬਰ ਹੈ ਡੀਟੇਲ ਨਹੀਂ ਹੈ ਸੋ ਤਾਲੀਬਾਨ ਨੇ ਆਪਣਾ ਪੂਰਾ ਪ੍ਰੈਸ਼ਰ ਬਿਲਟ ਇਹਦੇ باوجود ਕਿ ਵੀ ਇਹ ਫ फेब्रुवारी 2020 ਦੇ ਵਿੱਚ ਡੀਲ ਸਾਈਨ ਹੋਈ ਔਰ ਪਹਿਲਾ ਪਾਰਟ ਉਹਨਾਂ ਨੇ ਜਿਹੜੇ ਇਹਨਾਂ ਦੇ ਪ੍ਰिजनਰ ਆਫ ਵਾਰ ਛੱਡੇ ਉਹਨਾਂ ਨੇ ਉਹਨਾਂ ਦੇ ਛੱਡੇ ਹਾਲਾਂ ਤਾਲੀਬਾਨ ਨੇ ਵੀ ਛੱਡੇ ਪਰ ਸਰਕਾਰ ਕੋਲ ਜ਼ਿਆਦਾ ਸੀ ਫਿਰ ਇੰਟਰਫ ਅਫਗਾਨ ਡਾਇਲੌਗ ਵੀ ਸ਼ੁਰੂ ਹੋ ਗਿਆ ਦੋਹਾ ਦੇ ਵਿੱਚ ਸਾਰਾ ਉਹ ਜਿਹੜਾ ਜ਼ਲਮੇ ਖਲੀਲਜ਼ਾਦ ਉਸ ਨੂੰ ਜਿਹੜਾ ਇਹਨਾਂ ਦਾ ਪੋਇੰਟ ਸੀ ਐਂਡ ਵੋਇਸ ਗੱਲਬਾਤ ਨੂੰ ਡੀਲ ਕਰਨ ਲਈ ਪਰ ਹੁਣ ਇਸ 12th ਸਟੇਜ ਤੇ ਹੋਰ ਇਹ ਵਿੱਚ ਜਾ ਰਿਹਾ ਹੈ ਕਿ ਵੀ ਤਾਲੀਬਾਨ ਅਮਰੀਕਨ ਡਾਇਲੌਗਸ ਇੰਡੀਆ ਦਾ ਕੋਈ ਰੋਲ ਨਹੀਂ ਸੀ ਅੱਛਾ ਕਿਉਂਕਿ ਇਹ ਐਜ਼ ਅ ਪ੍ਰੀਕੰਡੀਸ਼ਨ ਸੀ ਕਿ ਵੀ ਤੁਹਾਡਾ ਤਾਂ ਇਹਦੇ ਵਿੱਚ ਹੈ ਹੀ ਕੋਈ ਨਹੀਂ ਹਾਲਾਂਕਿ ਉਹ ਕਹਿੰਦੇ ਰਹੇ ਜੇ ਅਸੀਂ ਉੱਥੇ ਲਾਇਬ੍ਰੇਰੀ ਬਣਾ ਦਤੀ ਹੈ ਪਾਰਲੀਮੈਂਟ ਦੀ ਬਿਲਡਿੰਗ ਬਣਾ ਦਤੀ ਹੈ ਫਲਾਣਾ ਢਮਕਾ ਕਰ ਦਿੰਦੇ ਲੇਕਿਨ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਪਾਕਿਸਤਾਨ ਸਟਰੋਂਗਰ ਹੁੰਦਾ ਜੇ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ 트럼ਪ ਨੇ ਖੁਦ ਰਿਕੁਐਸਟ ਕੀਤੀ ਪਾਕਿਸਤਾਨ ਨੂੰ ਕਿ ਮੀਡੀਏਸ਼ਨ ਕਰੋ ਔਰ ਸਾਡੀ ਹੈਲਪ ਕਰੋ ਔਰ ਇਹ ਇਹ ਪਾਕਿਸਤਾਨ ਜਿਹਨੂੰ ਕਹਿੰਦੇ ਨੇ ਕਿ ਫੁੱਟ ਫੋਰਵਰਡ ਨਾ ਪੁੱਟ ਕਰਦਾ ਤੇ ਗੱਲਬਾਤ ਕਿਸੇ ਕੰਡੇ ਨਹੀਂ ਸੀ ਲੱਗਣੀ ਪਰ ਹੁਣ ਜਿਹੜੀ ਗੱਲ ਇਸ ਵੇਲੇ ਜਿਸ ਦੀਆਂ ਕਿਆਸਰਾਈਆਂ ਵੀ ਨਹੀਂ ਇਸ ਦੀ ਕਿ ਵੀ ਇਹ ਜਿਹੜਾ ਲਾਸਟ ਸਟੇਜ ਤੇ ਅਜੀਤ ਡੋਵਲ ਦਾ ਜਾਣੇ ਕਿ ਇੱਕ ਗੱਲ ਜ਼ਰ ਹੈ ਕਿ ਉੱਥੇ ਜਿਹੜਾ ਐਗਜ਼ਿਸਟਿੰਗ ਉਹ ਭਾਵੇਂ ਅਸ਼ਰਫ ਗਾਨੀ ਅਬਦੁੱਲਾਹ ਅਬਦੁੱਲਾਹ ਭਾਵੇਂ 2-3 ਲੱਖ ਅਮਰੀਕਨ ਟ੍ਰੇਨਡ ਉਹਨਾਂ ਦੇ ਸਿਕਿਉਰਟੀ ਪਰਸਨਲ ਨੇ ਇਹਨਾਂ ਨੇ ਕੁਝ ਹਫ਼ਤੇ ਨਹੀਂ ਕੱਢਣੇ ਤਾਲੀਬਾਨ ਦੇ ਸਾਹਮਣੇ ਇਹ ਉਹ ਆਪਣੀ ਆਈ ਤੇ ਆ ਗਏ ਔਰ ਇਹ ਇਹ ਵੀ ਇੱਕ ਕਾਰਨ ਹੈ ਕਿ ਬਾਈਡਨ ਦੀਆਂ ਨੀਤੀਆਂ 'ਚ ਵੀ ਜਿਹੜੀ ਗੱਲ ਹੈ ਸਾਹਮਣੇ ਆ ਰਹੀ ਹੈ ਉਹ ਉਹਨਾਂ ਕੀ ਕਹਿ ਰਹੇ ਨੇ ਜੀ ਅਸੀਂ ਉਹਨਾਂ 'ਕ ਰੱਖਾਂਗੇ ਤਾਂ ਕਿ ਟੂ ਕਾਊਂਟਰ ਟੈਰੋਰਿਜ਼ਮ ਤਾਂ ਕਿ ਅਲ ਕਾਇਦਾ ਔਰ ਦੂਸਰੇ ਜਿਹੜੇ ਨੇ ਉਹ ਵਾਪਸ ਆਪਣਾ ਪ੍ਰਭਾਵ ਕਿਉਂਕਿ ਜਿਹੜਾ ਐਗਰੀਮੈਂਟ ਹੈ ਫ फेब्रुवारी 2020 ਦਾ ਉਹਦਾ ਇੱਕ ਕਲੋਜ਼ ਇਹ ਵੀ ਹੈ ਕਿਉਂਕਿ ਉੱਥੇ ਅਲ ਕਾਇਦਾ ਦਾ ਹੋਣਾ ਹੈ ਜਾਂ ਇਸਲਾਮਿਕ ਸਟੇਟ ਦਾ ਹੋਣਾ ਦੇਖੋ ਤਾਲੀਬਾਨ ਪਠਾਨ ਨੇ ਅਫਗਾਨ ਨੇ ਪਖਤੂਨ ਨੇ ਜਬ ਪਸ਼ਤੂਨ ਵੀ ਕਿਹਾ ਜਾਂਦਾ ਹੈ ਉਹ ਆਪਣੀ ਧਰਤੀ ਦੇ ਖੁਦ ਬਾਦਸ਼ਾਹ ਨੇ ਉਹ ਆਪਣੇ ਉਹ ਨਹੀਂ ਚਾਣਗੇ ਕਿ ਭਈ ਅਰਬ ਵਾਲੇ ਜਾਂ ਦੂਜੇ ਆ ਕੇ ਉੱਥੇ ਡਾਇਸ਼ ਆ ਜਾਏ ਜਾਂ ਇਸਲਾਮਿਕ ਸਟੇਟ ਆ ਜਾਏ ਜਾਂ ਅਲ ਕਾਇਦਾ ਆ ਜਾਏ ਇਹ ਤਾਂ ਇਨਾ ਨਹੀਂ ਜਦੋਂ ਸੋਵੀਅਤ ਯੂਨੀਅਨ ਦਾ ਅਟੈਕ 1989 ਜੋ ਅਫਗਾਨਿਸਤਾਨ ਨੂੰ ਦੇ ਉੱਤੇ ਕਬਜ਼ਾ ਕਰਦੇ ਨੇ ਜਿਹਹਾਦ ਦਾ ਨਾਰਾ ਕਿਨੇ ਦਿੱਤਾ ਮੁਜਾਹਿਦਿਨ ਕਿਨੇ ਖੜੇ ਕੀਤੇ ਇਹ ਸਾਰੇ ਨਾਨ ਅਫਗਾਨ ਉਹ ਪਾਵੇਂ ਉਥੋਂ ਚਚਰੀਆਂ ਹੋਣ ਅਰਬ ਹੋਣ ਜਿੰਨਾਂ ਚ ਉਸਾਮਾ ਵੀ ਸ਼ਾਮਿਲ ਸੀ ਕਿ ਉੱਥੇ ਕੌਣ ਲੈ ਕੇ ਇਹੀ ਲੈ ਕੇ ਗਏ ਫਿਰ ਜਿਵੇਂ ਇਹਨਾਂ ਨੇ ਉਹਨਾਂ ਨੂੰ ਲੈਟ ਡਾਊਨ ਕੀਤਾ ਡਿਚ ਕੀਤਾ ਔਰ ਫਿਰ ਬਾਅਦ ਚ ਉਹਨਾਂ ਦੇ ਉਹ ਉਹ ਕਨਪਠੀ ਤੇ ਰੱਖ ਕੇ ਰਵਲਵਰ ਕਹਿਣ ਜੀ ਫਰਾਨੇ ਨੂੰ ਕੱਢ ਦਿਓ ਇੱਥੋਂ ਉਹ ਉਹਨਾਂ ਦੀਆਂ 5000 ਸਾਲ ਦੀਆਂ ਆਪਣੀਆਂ ਟਰੈਡੀਸ਼ਨਸ ਨੇ ਉਹਨਾਂ ਨੇ ਕਿਹਾ ਨਾ ਸਾਡੇ ਕੋਲ ਜਿਹੜਾ ਮਹਿਮਾਨ ਹੈ ਇਹ ਤੁਸੀਂ ਲੈ ਕੇ ਆਏ ਸੀ ਅਸੀਂ ਆਪਣੀ ਮਰਜ਼ੀ ਨਾਲ ਭੇਜ ਸਕਦੇ ਇਵੇਂ ਨਹੀਂ ਸੋ ਇਹਦੇ ਕੋਈ ਦੋ ਰਾਵਾਂ ਨਹੀਂ ਨੇ ਕਿ ਤਾਲੀਬਾਨ ਆਪਣੀ ਖੁਦ ਮੁਖਤਾਰੀ ਆਪਣੇ ਉਹ ਸਾਰੇ ਦੇ ਲਈ ਉਹ ਨਹੀਂ ਚਾਣਗੇ ਕੋਈ ਵੀ ਹੋਏ ਲੇਕਿਨ ਹੁਣ ਭਾਰਤ ਕੋਈ ਨਾ ਕੋਈ ਬਹਾਨਾ ਉਹਨਾਂ ਨੂੰ ਭਾਰਤ ਨੂੰ ਲੱਗਦਾ ਹੈ ਕਿ ਵੀ ਇਸ ਸਾਰੀ ਗੇਮ ਚੋਂ ਉਹ ਬਾਹਰ ਹੋ ਗਏ ਅੱਛਾ ਔਰ ਜਿਹੜੀ ਇੱਕ ਸੰਭਾਵਨਾ ਹਾਲਾਂ ਇਹ ਮੈਨੂੰ ਮੇਰੀ ਉਹ ਹਾਈਂਡ ਸਾਈਟ ਤੋਂ ਇਹ ਵੀ ਗੱਲ ਨਿਕਲਦੀ ਹੈ ਵੀ ਜੇ ਹੁਣ ਅਸੀਂ ਅੱਗੇ ਜ਼ਿਕਰ ਕਰਕੇ ਹਟੇ ਆਂ ਵੀ ਇੱਕ ਹੋਰ ਸਿੱਖ ਨਸਲ ਕੁਸ਼ੀ ਦੀ ਤਿਆਰੀ ਹੈ ਤੇ ਜੇ ਸਿਵਿਲਿਅਨ ਸਿੱਖ ਇਹਨਾਂ ਨੇ ਉ ਮਾਰਨੇ ਜਾਂ ਯੂਏਪੀਏ ਦੇ ਥੱਲੇ ਬੁੱਕ ਕਰਨੇ ਨੇ ਜੇਲ੍ਹਾਂ ਭਰਨੀਆਂ ਜਾਂ دہشت گردੀ ਦੇ ਥੱਲੇ ਕਰਨੇ ਅੱਛਾ ਤੇ ਫੌਜ ਸਿੱਖ 90000 ਤੋਂ ਜ਼ਿਆਦਾ ਸਿੱਖ ਫੌਜੀ ਨੇ ਉਹਨਾਂ ਦਾ ਕੀ ਕਰਨਗੇ ਉਹਨਾਂ ਦਾ ਕੀ ਕਰਨਗੇ ਫਿਰ ਤੁਹਾਨੂੰ 84 ਤੋਂ ਬਾਅਦ ਦਾ ਯਾਦ ਆ ਜਾਣਾ ਚਾਹੀਦਾ ਵੀ ਇਹਨਾਂ ਨੇ ਸਿੱਖ ਫੌਜ ਦਾ ਕੀ ਕੀਤਾ ਸੀ ਇਹ ਹੀ ਨਹੀਂ ਕਿ ਉਹਨਾਂ ਨੇ ਇਕਤਾ 8-10000 ਨੇ ਰਿਬੈਲਿਅਨ ਕੀਤਾ ਪਰ ਬਾਕੀਆਂ ਨੂੰ ਸਜ਼ਾ ਦੇਣ ਲਈ ਜਿਹੜੀ ਇੰਡੋ ਅ শ্রীলੰਕਾ ਦੇ ਵਿੱਚ ਪੀਸਕੀਪਿੰਗ ਫੋਰਸ ਦੇ ਨਾਂ ਥੱਲੇ ਇਹਨਾਂ ਨੇ ਫੋਰਸ ਭੇਜੀ ਜਿਹੜਾ 1985 ਚ ਰਜੀਵ ਗਾਂਧੀ ਨੇ ਐਗਰੀਮੈਂਟ ਕੀਤਾ ਆ ਜਿਹੜਾ শ্রীলঙ্কা ਦੀ ਗਵਰਨਮੈਂਟ ਨਾਲ ਔਰ ਉਹਨੂੰ ਲਾਗੂ ਕਰਨ ਲਈ ਕਿਉਂ ਨੂੰ ਭੇਜਿਆ ਸਿੱਖ ਫੌਜ ਨੂੰ ਉਹਨੂੰ ਪਤਾ ਸੀ ਕਿ ਟੈਰੇਨ ਬਿਲਕੁਲ ਡਿਫਰੈਂਟ ਹੈ ਉਹ ਗੁਰੀਲਾ ਟ੍ਰੇਨਡ ਜਿਹੜੇ ਲੋਕ ਸੀ ਔਰ ਉਹਦੇ ਚ ਉਹਨਾਂ ਦੇ ਤਾਮਿਲ ਗੁਰੀਲੇ ਵੀ ਔਰ শ্রীলঙ্কা ਸਰਕਾਰ ਵੀ ਇਕੱਠੀ ਹੋ ਗਈ ਉਹਨਾਂ ਨੇ ਕਿਹਾ ਜੀ ਪਾਵੇਂ ਆਸੀਂ ਆਪਸ ਚ ਲੜਦੇ ਆਂ ਇੰਡੀਆ ਦਾ ਕੀ ਹੱਕ ਹੈ ਔਰ ਇਹ ਕਦੇ ਫਿਗਰ ਸਾਹਮਣੇ ਨਹੀਂ ਆਈਆਂ ਪਰ ਮੈਕਸਿਮਮ ਜਿਹੜੇ ਸੋਲਜਰ ਜਿਹੜੇ ਬਿਲਕੁਲ ਗੁਰੀਲਾ ਵਾਰਫੇਅਰ ਦਾ శ్రీలంਕਾ ਦੀ ਟੈਰੇਨ ਦੇ ਦੇ ਮੁਤਾਬਕ ਉਹਨੂੰ ਸਮਝਦੇ ਹੀ ਨਹੀਂ ਸੀ ਉੱਥੇ ਸਿੱਖ ਪਰਵਾਏ ਨੇ ਅੱਛਾ ਔਰ ਅਲਟੀਮੇਟਲੀ ਪਾਵੇਂ ਰਜੀਵ ਗਾਂਦੇ ਵੀ ਮਾਰਿਆ ਗਿਆ ਉਸ ਨੀਤੀ ਦੇ ਥੱਲੇ ਪਰ 85 ਦੇ ਉਸ ਐਗਰੀਮੈਂਟ ਤੋਂ ਲੈ ਕੇ ਉਸ ਪੀਰੀਅਡ ਦੇ ਵਿੱਚ ਉਹ ਉਹ ਪੀਰੀਅਡ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਤਾਬੂਤ ਨੇ ਜਾਂ ਕਾਫਨ ਨੇ ਉਹ ਪਿੰਡਾਂ ਦੇ ਵਿੱਚ ਆਏ ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਅਫਗਾਨਿਸਤਾਨ ਜਿੱਥੋਂ ਸੋਵੀਅਤ ਯੂਨੀਅਨ ਹਾਰ ਕੇ ਗਿਆ ਅਮਰੀਕਾ ਦੀਆਂ ਔਰ ਦੂਸਰੀਆਂ ਨੈਟੋ ਦੀ ਫੌਜ ਜਿਹੜੀ ਹੈ ਰੱਖ ਕੇ ਫੇਲ ਹੋ ਕੇ ਉੱਥੇ ਇੰਡੀਅਨ ਆਰਮੀ ਉਹ ਤਾਂ ਉਹਨੂੰ ਐਵੇਂ ਖਾ ਜਾਣਗੇ ਜਿਵੇਂ ਉਹ ਕਾਜੂ ਖਾਂਦਾ ਹੈ ਲੇਕਿਨ ਖਾ ਜਾਣ ਚੰਗੀ ਗੱਲ ਹੈ ਪਰ ਇਹਨਾਂ ਨੇ ਸਿੱਖ ਫੌਜ ਜਿਹੜੀ ਹੈ ਜੇ ਇਹ ਗੱਲ ਹੁੰਦੀ ਹੈ ਔਰ ਇਸ ਗੱਲ ਦੀ ਇਸ ਮੌਕੇ ਤੇ ਬਿਨਾ ਇਨਵਾਈਟ ਕੀਤੇ ਔਰ ਜੋ ਚੁੱਪਚਾਪ ਔਰ ਹੋ ਸਕਦਾ ਅਮਰੀਕਾ ਦੇ ਕਹਿਣ ਤੇ ਅਜੀਤ ਰਾਵਲ ਉੱਥੇ ਗਿਆ ਹੋਏ ਉਹ ਆਪਣੇ ਲੈਵਲ ਦੇ ਉੱਤੇ ਉੱਥੇ ਕੋਈ ਗੱਲ ਬਣਦੀ ਨਹੀਂ ਕਿ ਵੀ ਇੱਧਰ 15 ਜਨਵਰੀ ਨੂੰ ਇਹਨਾਂ ਨੇ ਕੱਢਣਾ ਹੈ ਇਹ ਉੱਥੇ ਪਹੁੰਚ ਜਾਂਦਾ ਹੈ ਗੱਲਬਾਤ ਦੇ ਨਾਂ ਥੱਲੇ ਔਰ ਸਾਰਿਆਂ ਦੇ ਨਾਲ ਮਿਲ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਇਹਨਾਂ ਦਾ ਇਹ ਅੱਗੋਂ ਦੋ ਹੀ ਦੇ ਚੋਬਜੈਕਟਿਵ ਇੱਕ ਤਾਂ ਸਿਕ ਫੌਜ ਅਫਗਾਨਾ ਦੀ ਟੈਰੇਨ ਦੇ ਵਿੱਚ ਜਾ ਕੇ ਤੁਸੀਂ ਕੀ ਕਰੋਗੇ ਔਰ ਉਹ ਲੜਾਈ ਵੀ ਉਹਨਾਂ ਦੀ ਨਹੀਂ ਹੈ ਇੱਕ ਤਾਂ ਇਹ ਮਰਵਾਣ ਦਾ ਹੈ ਦੂਸਰਾ ਜਿਹੜੀ ਗੁੱਡਵਿਲ ਇਸ ਵੇਲੇ ਸਿੱਖਾਂ ਔਰ ਮੁਸਲਮਾਨਾਂ ਦੀ ਹੈ ਅੱਛਾ ਦੁਨੀਆ ਭਰ ਦੇ ਵਿੱਚ ਔਰ ਜੇ ਇਸ ਕਿਸਮ ਦੀ ਕੋਈ ਸਿਚੁਏਸ਼ਨ ਚ ਪਿੱਟ ਹੋ ਜਾਂਦਾ ਹੈ ਤੇ ਜੇ ਪੰਜਾਬ ਦੇ ਵਿੱਚ ਉਹੀ ਤਾਬੂਤ ਆ ਰਹੇ ਨੇ ਤੇ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਸ ਗੁੱਡਵਿਲ ਦਾ ਕੀ ਬਣੇਗਾ ਔਰ ਇਹ ਲਿਆ ਕੇ ਖੜਾ ਕਰਨ ਦਾ ਇਹਨਾਂ ਨੇ ਕਿਹਾ ਵੀ ਇੱਕ ਪਾਸੇ ਅਫਗਾਨ ਸਿਰ ਚੁੱਕ ਰਹੇ ਨੇ ਉਹ ਆਪਣੀ ਪੂਰੀ ਪੂਰੀ ਉਸ ਮਾਰਸ਼ਲ ਭਾਵ ਦੇ ਵਿੱਚ ਆਪਣੀ ਸਟਰੈਂਥ ਸ਼ੋਅ ਕੀਤੀ ਇਧਰੋਂ ਸਿਕਸ ਸਿਰ ਚੁੱਕ ਰਿਆ ਨੇ ਇਹਨਾਂ ਦੋਨਾਂ ਨੂੰ ਫਸਾ ਦਿਓ ਆਪਸ ਦੇ ਵਿੱਚ ਔਰ ਇਹ ਜਿਹੜਾ ਬੜੀ ਖਤਰਨਾਕ ਲਾਈਨ ਹੋਏਗੀ ਸੋ ਅਸੀਂ ਇੱਕ ਵਾਰਨਿੰਗ ਸ਼ਾਰਟ ਹੀ ਦੇ ਰਹੇ ਹਾਂ ਮਾਰ ਰਹੇ ਹਾਂ ਕਿ ਭਾਈ ਇਸ ਲਾਈਨ ਵੱਲ ਵੀ ਗੱਲ ਜਾ ਸਕਦੀ ਹੈ ਔਰ ਇਹ ਗੱਲ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਔਰ ਢੂੰਗੇ ਹਲਕਿਆਂ ਦੇ ਵਿੱਚ ਡਿਸਕਸ ਵੀ ਹੋ ਰਹੀ ਹੈ ਜੀ ਰਸਾ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥ ਲੈਣੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੈਕ